ਅਸਲਾਮ ਵਾਲੇਕਮ ਪਿਜਨ ਕੋਰਨਰ ਚੈਨਲ 'ਚ ਖੁਸ਼ ਆਮਦੀਦ ਭਾਈ ਜਾਨ। ਦੋ ਕਬੂਤਰ ਉੱਤੇ ਜਾਲ 'ਤੇ ਬੈਠੇ ਆ, ਇੱਕ ਤਾਂ ਪੱਟੀ ਵਾਲਾ ਮੈਨੂੰ ਹੈਗਾ ਵਾ ਅਤੇ ਦੂਸਰਾ ਵੀ ਲੱਗਦਾ ਪੱਟੀ ਵਾਲਾ ਹੀ ਆ। ਫੜਨ ਦੀ ਕੋਸ਼ਿਸ਼ ਕਰਦਾ ਵਾਂ, ਅਤੇ ਫੜਨ ਤੋਂ ਪਹਿਲੇ ਸਭ ਤੋਂ ਪਹਿਲੇ ਦਰਖਾਸਤ ਆ ਦੋਸਤਾਂ ਕੋਲ, ਮੇਰਾ ਪਿਜਨ ਕੋਰਨਰ ਚੈਨਲ ਸਬਸਕ੍ਰਾਈਬ ਕਰੋ, ਠੀਕ ਹੈ ਜੀ। ਹੋ ਸਕਦਾ ਤੁਹਾਡੇ 'ਚੋਂ ਕਿਸੇ ਦਾ ਪਰਿੰਦਾ ਹੋਵੇ ਤਾਂ ਚਲੋ ਬੰਦੇ ਨੂੰ ਵਾਪਸ ਚਲੇ ਜਾਂਦਾ ਵਾ, ਨਾ ਵੀ ਹੋਇਆ ਤਾਂ ਚਲੋ ਸ਼ੌਕ ਤਾਂ ਕਰੋਗੇ ਨਾ ਮੇਰੇ ਭਾਈ। ਅਤੇ ਮੇਰਾ ਚੈਨਲ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਅਤੇ ਮੈਂ ਤੁਹਾਨੂੰ ਇਸੇ ਤਰ੍ਹਾਂ ਯਾਰ, ਕੁਛ ਦੋਸਤ ਕਹਿੰਦੇ ਯਾਰ ਤੂੰ ਚੰਗਾ ਕਰਦਾ, ਸਾਨੂੰ ਸ਼ੌਕ ਕਰਾ ਦਿੰਦਾ ਕਿ ਕਿੱਦਾਂ ਕੀ ਹਿਸਾਬ ਕਿਤਾਬ ਚੱਲਦਾ ਕਬੂਤਰਾਂ ਦਾ, ਲੋਕ ਕੀ ਕਰਦੇ ਆ, ਠੀਕ ਹੈ ਜੀ। ਲੋਕ ਦੱਸਦੇ ਨਹੀਂ ਗੇ, ਲੇਕਿਨ ਤੁਹਾਡਾ ਭਰਾ ਤੁਹਾਨੂੰ ਸਹੀ ਦੱਸ ਦਿੰਦਾ ਜੋ ਵੀ ਸਿਚੁਏਸ਼ਨ ਹੁੰਦੀ ਹੈ ਨਾ ਕਬੂਤਰਾਂ ਦੀ। ਅਤੇ ਇਹ ਭਾਈ ਜਾਨ ਮੇਰਾ ਚੈਨਲ ਸਬਸਕ੍ਰਾਈਬ ਕਰੋ, ਮੈਂ ਕਬੂਤਰ ਫੜਨ ਲੱਗਾ, ਦੋ ਬੈਠੇ ਆ ਅਤੇ ਦੇਖਦੇ ਹਾਂ ਫੜ ਹੁੰਦੇ ਆ ਉੱਡਦੇ ਆ। ਮੇਰੇ ਨਾ ਰਿਹਾ ਹੁਣ ਆਵਾਜ਼ ਨਹੀਂ ਮੇਰੀ ਆਉਣੀ, ਠੀਕ ਹੈ ਜੀ। ਹਾਂਜੀ ਵੈਲਕਮ ਬੈਕ, ਤੁਹਾਡੇ ਸਾਹਮਣੇ ਭਰਾ ਜੀ ਇੱਕ ਕਬੂਤਰ ਉੱਡ ਗਿਆ, ਚਲਾ ਗਿਆ, ਜਿਹਦਾ ਵੀ ਹੈਗਾ ਸੀ ਉਹਦੇ ਚਲਾ ਗਿਆ ਵਾ, ਅਤੇ ਇੱਕ ਮੈਂ ਫੜ ਲਿਆ ਵਾ, ਠੀਕ ਆ। ਜਿਹੜਾ ਢਾਂਗੀ ਵਾਲਾ ਬੱਚਾ ਸੀ ਉਹ ਫੜਿਆ ਗਿਆ, ਦੂਸਰਾ ਕੋਈ ਵਾਹਵਾ ਹੀ ਤੇਜ਼ ਸੀਗਾ, ਉਹਨੇ ਤਾਂ ਪੰਜੇ ਨਹੀਂ ਲਾਏ ਜਨਾਬ। ਇਹ ਛੋਟਾ ਜਿਹਾ ਬੱਚਾ ਵਾ, ਬੜਾ ਹੀ ਅੱਛਾ ਤੇਜ਼ ਪਰਾਂ ਦਾ, ਅੱਛੀ ਅੱਖ ਦਾ ਮਾਲਕ। ਇਹ ਦੇਖੋ ਇਹ ਪੱਟੀ ਵਾਲਾ ਬੱਚਾ ਜਨਾਬ, ਪੀਲੀ ਅੱਖ ਦਾ ਬੱਚਾ ਮਾਸ਼ਾਅੱਲਾ ਦੋਨਾਂ ਪਾਸਿਓਂ। ਅਤੇ ਬੱਚੇ ਨੂੰ ਸਿਰਫ ਜਾਣ ਦੀ ਵਜ੍ਹਾ ਕੀ ਆ ਜੀ, ਇਹ ਦੇਖ ਲਓ ਇਹ ਮੂੰਹ ਦੇ ਵਿੱਚ ਇਹਦੇ ਮਸਲਾ ਬਣਿਆ ਹਲਕਾ ਜਿਹਾ, ਲੇਕਿਨ ਇਨਸ਼ਾਅੱਲਾ ਮੈਂ ਹੁਣ ਹੀ ਇਹਨੂੰ ਸਾਫ਼ ਕਰ ਦੇਣਾ। ਦੇਖਿਓ ਬੱਚਾ ਸਾਹ ਚੜ੍ਹਦਾ ਵਾ, ਬੱਚਾ ਡਿੱਗਣ ਦੀ ਵਜ੍ਹਾ ਪਰ ਦੇਖ ਲਓ ਇਹਦਾ, ਇਹ ਦੇਖੋ ਇਹ ਤੇਜ਼ ਪਰਾਂ ਦੀ ਬਗਲ ਦੇਖੋ ਕਿੱਡੀ ਕਿੱਡੀ ਆ ਰਹੀ। ਬੱਚਾ ਉੱਡਣ ਵਾਲਾ ਪਰਵਾਜ਼ੀ ਆ, ਅਤੇ ਬਸ ਬੱਚਾ ਹੈ ਨਾ ਕੋਈ ਤਬੀਅਤ ਖਰਾਬ ਹੋਣ ਦੀ ਵਜ੍ਹਾ ਨਾਲ ਡਿੱਗਿਆ ਵਾ, ਉੱਦਾਂ ਬੱਚਾ ਨਹੀਂ ਸੀ ਡਿੱਗਣਾ ਮਾਸ਼ਾਅੱਲਾ। ਬਹੁਤ ਅੱਛਾ ਬੱਚਾ, ਪਾਰਕ ਹੁੰਦਾ ਬਹੁਤ ਸ਼ਾਨਦਾਰ ਆ। ਇਹ ਦੇਖੋ ਮੇਰੇ ਭਾਈ ਸ਼ੌਕ ਕਰੋ ਜ਼ਰਾ, ਠੀਕ ਹੈ ਜੀ, ਅੱਖ ਦਾ ਸ਼ੌਕ ਕਰਾਵਾਂ ਤੁਹਾਨੂੰ। ਇਹ ਦੇਖੋ ਪੀਲੀ ਅੱਖ, ਇਹ ਦੇਖੋ ਖੱਟੀ ਅੱਖ ਦਾ ਮਾਲਕ ਆ, ਬਹੁਤ ਹੀ ਅੱਛਾ ਬੱਚਾ ਮਾਸ਼ਾਅੱਲਾ ਪੱਟੀ ਵਾਲਾ ਜਨਾਬ, ਸਹੀ ਆ ਜੀ। ਇਹ ਲਓ ਕਲੀਅਰ ਹੋਈ ਅੱਖ, ਲਓ ਭਾਅ ਜੀ ਪੱਟੀ ਵਾਲੇ ਇੱਦਾਂ ਵੀ ਬਹਿਣਦੇ ਆ। ਅੱਗੇ ਕੁੱਤੋਂ ਆਇਆ ਸਮਾਨ 'ਚੋਂ ਬਹਿਣ ਲੱਗਾ, ਤੂੰ ਜਾ ਕੇ ਤਾਰ 'ਤੇ ਬਿਜਲੀ ਦੀ ਤਾਂ ਬਹਿ ਕੇ ਦੇਖੋ, ਤੇਜ਼ ਪਰਾਂ ਦਾ ਮਾਲਕ, ਪਰ ਦੇਖੋ ਕੈਸਾ ਮਾਸ਼ਾਅੱਲਾ, ਆਊਟ ਕਲਾਸ ਕਿਸਮ ਦਾ ਪਾਰ ਆ। ਭਾਅ ਜੀ ਪਿਜਨ ਕੋਰਨਰ ਚੈਨਲ ਸਬਸਕ੍ਰਾਈਬ ਕਰੋ, ਮੈਂ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਚੰਗਾ ਕਬੂਤਰ ਆਪਣੇ ਕੋਲ ਰੱਖਾਂ, ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿੱਡਾ ਵੀ ਚੰਗਾ ਕਬੂਤਰ ਹੋਵੇ ਦੋਸਤ ਮੇਰੇ ਕੋਲ ਲੈ ਲੈਣ, ਦੋਸਤਾਂ ਕੋਲ ਜਾਵੇ, ਠੀਕ ਆ। ਅਤੇ ਮੈਂ ਕਹਿੰਦਾ ਕਿ ਚੰਗੇ ਜਾਣਗੇ ਤਾਂ ਦੋਸਤ ਮੇਰੇ ਕੋਲ ਲੈਣਗੇ, ਅਤੇ ਮੇਰੀ ਕੋਸ਼ਿਸ਼ ਇਹੀ ਆ ਕਿ ਦੋਸਤਾਂ ਨੂੰ ਚੰਗੇ ਤੋਂ ਚੰਗੀ ਛਾ ਜਾਵੇ, ਅਤੇ ਨਾ ਮੈਨੂੰ ਸ਼ੌਕ ਆ ਕਬੂਤਰ ਉਡਾਉਣ ਦਾ, ਨਾ ਮੈਨੂੰ ਬਾਜ਼ੀਆਂ। ਹਾਂ ਅਲਬਤਾ ਆਪਣੇ ਘਰ ਦੇ ਬੱਚੇ ਉਡਾ ਕੇ ਚੈੱਕ ਕਰ ਲਈਦੇ ਆ ਬਾਜ਼ੀਆਂ ਬੂਜ਼ੀਆਂ ਲਾਉਣ ਲਈ, ਲੋਕਾਂ ਨੂੰ ਫਿਰ ਦੇ ਦਈਦੇ ਗਿੱਜੇ ਕਬੂਤਰ। ਪੈਰਾਂ ਦੇ ਉੱਤੇ ਖੰਭ ਵੀ ਲੱਗਦਾ ਕਿਸੇ ਬੱਚਿਆਂ ਕੋਲ ਆਏ ਆ, ਪੈਰਾਂ ਦੇ ਉੱਤੇ ਦੇਖੋ ਤੁਸੀਂ ਖੰਭ ਵੀ ਇਹਦੇ ਆ, ਉਹ ਦੇਖੋ ਵਾਲ ਲੜੇ ਪੈਰਾਂ 'ਤੇ। ਇਹ ਦੇਖੋ
ਇਹ ਬੱਚਾ ਵਾ ਜੀ ਛੋਟਾ ਜਿਹਾ, ਇਹ ਕਲਫ ਵੀ ਲੱਗੀ ਆ ਪਰ ਪੈਰਾਂ ਦੇ ਵਿੱਚ ਦੇਖੋ, ਉਹ ਦੇਖੋ ਧਾਗੇ ਫਸੇ ਪੈਰਾਂ 'ਚ, ਅਤੇ ਮਾਸ਼ਾਅੱਲਾ ਜਾਂ ਮੇਰਾ ਖਿਆਲ ਛੜਵਾ ਕੇ ਢਾਂਗੀ 'ਤੇ ਲੱਗਾ ਵਾ ਅਤੇ ਤੜਵਾ ਕੇ ਆਇਆ, ਜ਼ਲੀਲ ਹੋ ਕੇ ਬੈਠਾ ਵਾ। ਠੀਕ ਹੈ ਜੀ, ਇਹ ਬੱਚਾ ਮਾਸ਼ਾਅੱਲਾ ਪਿਜਨ ਕੋਰਨਰ ਚੈਨਲ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ, ਅੱਲਾ ਹਾਫਿਜ਼ ਜਦਾ।